ਅਊਜ਼ ਬਿੱਲਾਹਿ ਮਿਨ ਸ਼ੈਤਾਨ ਰਜੀਮ ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮੁ ਅਲੈਕੁਮ ਦੋਸਤੋ, ਮੈਂ ਤੁਹਾਡਾ ਦੋਸਤ ਬਾਈਤ ਸਰਗਾਣਾ, ਤੁਸੀਂ ਵੇਖ ਰਹੇ ਹੋ ਸਾਡੇ ਯੂਟਿਊਬ ਚੈਨਲ ਟਰੈਕਟਰਸ ਵਰਲਡ। ਜੀ ਦੋਸਤੋ, ਇੱਕ ਨਵੀਂ ਵੀਡੀਓ ਲੈ ਕੇ ਦੋਸਤਾਂ ਵਾਸਤੇ ਹਾਜ਼ਰ ਹੋਏ ਹਾਂ, ਜਿਸ ਦੇ ਵਿੱਚ ਤੁਹਾਨੂੰ ਨਿਹਾਇਤ ਹੀ ਸਸਤਾ ਟਰੈਕਟਰ ਮੈਸੀ 240 ਮਾਡਲ 2017 ਦਿਖਾਵਾਂਗੇ। ਇਸ ਦੀ ਮੁਕੰਮਲ ਤਫਸੀਲ ਦੋਸਤਾਂ ਨਾਲ ਸ਼ੇਅਰ ਕਰਾਂਗੇ। ਇਸ ਤੋਂ ਪਹਿਲਾਂ ਅਗਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਆਏ ਹੋ, ਸਾਡੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਲਓ ਅਤੇ ਨਾਲ ਦੇ ਦਿੱਤੇ ਗਏ ਬੈਲ ਦੇ ਨਿਸ਼ਾਨੀ ਦਬਾ ਲਓ ਤਾਂ ਹੈਰਾਨ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਆਸਾਨੀ ਪਹੁੰਚ ਸਕੇ। ਵੀਡੀਓ ਨੂੰ ਮੁਕੰਮਲ ਵੇਖਣਾ, ਸਕਿਪ ਨਹੀਂ ਕਰਨਾ, ਅੱਗੇ ਪਿੱਛੇ ਨਹੀਂ ਕਰਨਾ, ਤਾਂ ਕਿ ਜੋ ਵੀ ਤਫਸੀਲ ਹੈ ਟਰੈਕਟਰ ਦੀ ਉਹ ਤੁਹਾਨੂੰ ਦਿੱਤੀ ਜਾ ਸਕੇ। ਜਿਸ ਤੋਂ ਉਸਨੇ ਆਪਣਾ ਟਰੈਕਟਰ ਸੇਲ ਕਰਨਾ ਹੋਵੇ ਉਹ ਸਾਨੂੰ ਫੋਟੋ ਵਟਸਐਪ ਕਰ ਸਕਦਾ। ਸਾਡਾ ਨੰਬਰ ਡਿਸਕ੍ਰਿਪਸ਼ਨ 'ਚ ਮੌਜੂਦ ਹੈ। ਜਿਹੜਾ ਅਸੀਂ ਵੀਡੀਓ ਦੇ ਵਿੱਚ ਦੇਣਾ, ਉਹ ਮਾਲਕ ਦਾ ਨੰਬਰ ਹੁੰਦਾ, ਉਸ ਤੋਂ ਤੁਸੀਂ ਰਾਬਤਾ ਕਰਕੇ ਗੱਡੀ ਖਰੀਦ ਸਕਦੇ ਹੋ ਜਾਂ ਗੱਡੀ ਦੇ ਮੁਤਲਕ ਮਜ਼ੀਦ ਡਿਟੇਲ ਲੈ ਸਕਦੇ। ਫਜ਼ੂਲ ਦੋਸਤ ਰਾਬਤਾ ਨਾ ਕਰਨ, ਜਿਸ ਦੋਸਤ ਨੂੰ ਗੱਡੀ ਪਸੰਦ ਆਏ ਉਹੀ ਰਾਬਤਾ ਕਰੇ। ਅਤੇ ਬਾਕੀ ਲਾਈਕ ਅਤੇ ਕਮੈਂਟ ਲਾਜ਼ਮੀ ਕਰਨਾ। ਉਹ ਦੋਸਤੋ, ਤੁਹਾਨੂੰ ਟਰੈਕਟਰ ਦੀ ਮੁਕੰਮਲ ਤਫਸੀਲ ਦੱਸਣੀ ਆ। ਤੁਹਾਡੇ ਸਾਹਮਣੇ ਰਿਵਿਊ ਚੱਲ ਰਿਹਾ, ਟਾਇਰ ਮਾਸ਼ਾਅੱਲਾ ਅੱਛੀ ਕੰਡੀਸ਼ਨ 'ਚ ਨੇ, ਤਕਰੀਬਨ 13 ਨੇ ਟਾਇਰ ਬਣਦੇ ਨੇ ਸਾਰੇ ਚਾਰੋਂ। ਟਿੰਮਾਂ ਦਾ ਕਲਰ ਜੈਨੂਅਨ ਹੈ। ਮਡਗਾਰਡ ਤੁਹਾਡੇ ਸਾਹਮਣੇ ਨੇ ਸਪੋਰਟਾਂ ਲੱਗੀਆਂ ਨੇ, ਮਡਗਾਰਡਾਂ ਨੂੰ ਅੱਛੀ ਹਾਲਤ 'ਚ ਨੇ ਮਡਗਾਰਡ, ਜੈਨੂਅਨ ਆਪਣੇ ਕਲਰ 'ਚ। ਚੇਸੀ ਚੈਮਰ ਦਾ ਕਲਰ ਵੀ ਤੁਹਾਡੇ ਸਾਹਮਣੇ ਹੈ, ਸ਼ੋ ਦਾ ਕਲਰ। ਅਤੇ ਬਾਕੀ ਟਾਇਰ ਅਗਲੇ ਰਿਮ ਚੈੱਕ ਕਰ ਲਓ, ਟਾਇਰ ਚੈੱਕ ਕਰ ਲਓ। ਡੈਸ਼ਬੋਰਡ ਦਾ ਕਲਰ ਤੁਹਾਡੇ ਸਾਹਮਣੇ, ਚੇਸੀ ਤਾਂ ਗੱਡੀ ਜੈਨੂਅਨ ਆ, ਕੋਈ ਸ਼ਾਵਰ ਨਹੀਂ ਹੋਈ, ਕੋਈ ਰੰਗ ਮੈਚ ਨਹੀਂ ਕੀਤਾ ਗਿਆ ਕਿਸੇ ਕਿਸਮ ਦਾ। ਬਾਕੀ ਰਿਮ ਬੈਗ ਚੈੱਕ ਕਰ ਲਓ, ਟਾਇਰ ਚੈੱਕ ਕਰ ਲਓ, ਟਾਇਰ ਬਿਲਕੁਲ ਫਿੱਟ ਹਾਲਤ 'ਚ ਨੇ, ਕੋਈ ਕੱਟ ਵਗੈਰਾ ਨਹੀਂ ਹੈ ਟਾਇਰਾਂ ਨੂੰ। ਮਡਗਾਰਡਾਂ ਨੂੰ ਅੰਦਰੋਂ ਵੇਖ ਸਕਦੇ ਹੋ, ਸਪੋਰਟਾਂ ਤੁਹਾਨੂੰ ਨਜ਼ਰ ਆ ਰਹੀਆਂ। ਦੂਸਰਾ ਦਾਇਆਂ ਸਾਈਡ ਵਾਲਾ ਮਡਗਾਰਡ ਵੇਖ ਸਕਦੇ ਹੋ, ਸਾਈਡਾਂ 'ਤੇ ਤੁਹਾਨੂੰ ਸਪੋਰਟਾਂ ਨਜ਼ਰ ਆ ਰਹੀਆਂ, ਟਾਇਰ ਬਿਲਕੁਲ ਬੇਦਾਗ ਨੇ। ਡਰਾਈਵਰ ਸੀਟ ਹੀ ਤੁਹਾਡੇ ਸਾਹਮਣੇ, ਬਾਕੀ ਦੂਸਰੀ ਸਾਈਡ ਤੋਂ ਸਾਰਾ ਜਿਹੜਾ ਚੇਸੀ ਦਾ ਕਲਰ ਤੁਹਾਨੂੰ ਚੈੱਕ ਕਰਾਇਆ। ਬਾਕੀ ਦੇ ਚੇਸੀ ਦੀ ਅੰਦਰ ਦੀ ਕੰਡੀਸ਼ਨ ਹੈ ਉਹ ਵੀ ਦੋਸਤਾਂ ਨਾਲ ਸ਼ੇਅਰ ਕਰਨੇ ਹਾਂ। ਬੈਕ ਲੋਕ ਚੈੱਕ ਕਰਵਾਉਂਦੇ ਹਾਂ ਦੋਸਤਾਂ ਨੂੰ, ਬੈਕ ਲੋਕ ਚੈੱਕ ਕਰ ਲਓ, ਹੋਕ ਲੱਗੀ ਆ, ਵੇਖ ਸਕਦੇ ਹੋ ਟੂਪਾਂ ਦਾ ਕਲਰ ਆਪਣਾ ਬਿਲਕੁਲ ਜੈਨੂਅਨ ਕਲਰ 'ਚ। ਇਸ ਦੀ ਮੁਕੰਮਲ ਜਿਹੜੀ ਤਫਸੀਲ ਹੈ ਉਹ ਬਾਕੀ ਦੋਸਤਾਂ ਨੂੰ ਦੱਸਣੇ। ਫਰੰਟ ਲੋਕ ਵੀ ਚੈੱਕ ਕਰ ਲਓ। ਇਹ ਜੀ ਟਾਇਰ ਇਸ ਦੇ ਬਣਦੇ ਨੇ ਤਕਰੀਬਨ 13 ਨੇ। ਪੰਪ ਇਹਨੂੰ ਲੱਗਿਆ ਚੌਕ ਵਾਲਾ, ਜਿਹੜਾ ਯਾਨੀ ਕਿ ਚਾਬੀ ਵਾਲੇ ਪੰਪ ਆਇਆ ਸੀ 17 'ਚ, ਉਹ ਨਹੀਂ ਚੌਕ ਵਾਲਾ ਲੱਗਿਆ। ਸਲਫ ਸਟਾਰਟ ਹੈ ਗੱਡੀ, ਹੁੱਕ ਲੱਗੀ ਹੈ, ਕਾਗਜ਼ ਬਣੇ ਨੇ ਗੱਡੀ ਦੇ, ਲੋਕੇਸ਼ਨ ਗੱਡੀ ਦੀ ਜਿਹੜੀ ਉਹ ਵੀ ਦੱਸਦੇ ਹਾਂ। ਡਿਮਾਂਡ ਗੱਡੀ ਦੀ ਹੈ ਜੀ 12,25,000 ਰੁਪਏ, ਲੋਕੇਸ਼ਨ ਹੈ ਜੀ ਗੁਜਰਾਂਵਾਲਾ, ਅਤੇ ਨੰਬਰ ਵੀਡੀਓ ਦੇ ਵਿੱਚ ਮੌਜੂਦ ਹੈ। ਜਿਸ ਦੋਸਤ ਨੂੰ ਚਾਹੀਦੀ ਹੋਵੇ ਉਹ ਹੀ ਰਾਬਤਾ ਕਰੇ, ਫਜ਼ੂਲ ਦੋਸਤ ਰਾਬਤਾ ਨਾ ਕਰਨ। ਉਮੀਦ ਕਰਨਾ ਦੋਸਤੋ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ, ਅਤੇ ਰੋਜ਼ਾਨਾ ਅਸੀਂ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਆਉਣ ਵਾਲੀ ਵੀਡੀਓ ਤੱਕ ਆਪਣੇ ਦੋਸਤ ਵੈਦ ਸਰਗਾਣਾ ਦੇ ਵੀ ਜ਼ਿਆਦਾ ਤੁਮਾਂ ਮੈਂ ਯਾਦ ਰੱਖਣਾ। ਅੱਲਾ ਹਾਫਿਜ਼।